लोहिया के जो हड़ प्रभावित खेत्र है उत्थे असी पहुँचे सके गुरद्वारा साहब सिंह सभा जो लोहिया उ जिते असी पिंड नगर रुड़का कला वालों रसद समगरी दवाइया वगैरह लियां मच्छरदानी सी उत्थे क्योंकि बेस कैंप है उत्थों सारिया चीज़ा आ उत्थे जी टीम है वक् प्रभावित जो इलाके है उत्थों जाके गह पहुँचता करते हैं। तो इस वे असी पहुँचे पिंड चक बडाला जो कि दरिया के बिल्कुल नेड़े है इतने के जोड़े निवासी आ साडे नाल हुण हाजिर है इन्हों के की हालात है की ये कहना चाहते आप इन्हों की हम गलबात चल के। हाँ जी अंकल जी सत श्रीकाल जी पानी जो चढ़िया कि पानी चढ़ गया पानी चढ़िया बहुत चढ़िया पानी किन्ने फुट से बराबर आ गया बराबर आ गया ਤੇ ਫਿਰ ਜਦੋਂ ਪਾਣੀ ਚੜਦਾ ਫੇਰ ਕੀ ਕਿੱਥੇ ਪਾਣੀ ਉੱਤੇ ਚੜ ਗਿਆ ਪਾਣੀ ਇੱਧਰ ਰੁਕ ਗਿਆ ਛੱਤਾਂ ਤੇ ਚੜ ਗਏ ਤੇ ਸਮਾਨ ਆਪਣਾ ਫੇਰ ਕਿੱਦਾਂ ਦੀ ਆਪਣਾ ਸਮਾਨ ਆਪਣਾ ਕੋਠੇ ਤੇ ਚੜਾਇਆ ਕੋਠੇ ਚੜਾ ਆਪਣਾ ਹੱਥ ਕੇ ਚੜਾਇਆ ਕੋਈ ਚੜਿਆ ਕੋਈ ਚੜਿਆ ਅੱਛਾ ਜੀ ਕੋਈ ਨੁਕਸਾਨ ਤਾਂ ਨਹੀਂ ਹੋਇਆ ਕਿ ਪਸ਼ੂ ਦਾ ਜਬ ਕੋਈ ਨਹੀਂ ਕੋਈ ਗੱਲ ਨਹੀਂ ਕਾਲ ਹੋਇਆ ਆਪਣਾ ਫਰਸ਼ਾਂ ਪੁਰਸ਼ਾਂ ਖਰਾਬ ਕੀਤਾ ਹਾਂਜੀ ਫਰਸ਼ਾਂ ਪੁਰਸ਼ਾਂ ਸਾਰੇ ਖਰਾਬ ਹੋਏ ਕਮਰੇ ਸਾਰੇ ਸਾਰੇ ਕੰਧਾਂ ਕੁੰਧਾਂ ਪਾ ਦਿੱਤੀਆਂ ਅੱਛਾ ਜੀ ਹਾਂਜੀ ਉਹ ਤਾਂ ਬਚਾਇਆ ਕੋ ਪਸ਼ੂ ਡੰਗਰ ਦਾ ਕੀ ਦੱਸ ਪਸ਼ੂ ਦਾ ਬਚਾਇਆ ਸਾਡੀ ਵੀ ਜਦੋਂ ਪਾਣੀ ਚੜ ਕੇ ਆਉਂਦਾ ਫਿਰ ਜਿੱਦਾਂ ਤੁਹਾਡੀ ਰਿਹਾਇਸ਼ ਕਿੱਥੇ ਰੱਖਦੇ ਹੋ ਤੁਸੀਂ ਆਪਣੀ ਕੋਠੇ ਤੇ ਰੱਖੀ ਕੋਠੇ ਤੇ ਰੱਖ ਲੈਂਦੇ ਹਾਂ ਤੇ ਪਾਣੀ ਅੰਦਾਜ਼ਨ ਕਿੰਨਾ ਕੁ ਫੁੱਟ ਪਾਣੀ ਚੜ ਗਿਆ ਸੀ ਇਸ ਵਾਰ ਕਰੀਬ 6 ਫੁੱਟ ਹੋਣਾ 6 ਫੁੱਟ ਹਾਂ 6 ਫੁੱਟ ਹੈ 6 ਫੁੱਟ ਪਾਣੀ ਚੜ ਗਿਆ ਤਾਂ ਫਿਰ ਕਿਉਂਕਿ ਜਦੋਂ 6 ਪਾਣੀ ਰਿਹਾ ਹੋਵੇ ਤਾਂ ਸਾਰੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਆ ਬੜੀ ਪਰੇਸ਼ਾਨੀ ਆਉਂਦੀ ਆ ਹਾਂਜੀ ਤੇ ਉਹ ਕਿਵੇਂ ਜਿੱਦਾਂ ਫਿਰ ਰੋਟੀ ਪਾਣੀ ਜਾਂ ਪਾਣੀ ਦਾ ਜਾਂ ਹੋਰ ਕਿਦਾਂ ਪ੍ਰਬੰਧ ਪੂਰੇ ਹੁੰਦੇ ਤੇ ਪ੍ਰਬੰਧ ਇਦਾਂ ਹੀ ਟਾਈਮ ਪਾਸ ਦਾ ਕੋਠਿਆਂ ਤੇ ਮਰਮ ਮੋਟ ਅੱਛਾ ਕੋਠੇ ਤੇ ਰੱਖ ਕੇ ਲੰਗਰ ਪਾਣੀ ਲੰਗਰ ਪਾਣੀ ਸਰਕਾਰ ਵੱਲੋਂ ਸਹਾਇਤਾ ਕੋਈ ਪਹੁੰਚ ਰਹੀ ਆ ਆਪਾਂ ਨੂੰ ਕਿਉਂਕਿ ਹੁਣ ਕਾਫੀ ਦਿਨ ਹੋ ਗਿਆ 11 ਆਪਣੇ 11 ਤਰੀਕ ਦਾ ਸੀਗਾ 11 ਨੂੰ ਆ ਜਾਣਾ ਉਹ ਤੋਂ ਬਾਅਦ ਕੋਈ ਸਹਾਇਤਾ ਦੂਏ ਤੀਜੇ ਦਿਨ ਪਹੁੰਚ ਕੇ ਕਿੰਨਾ ਚਿਰ ਲਗਾਉਣ ਨੂੰ 2-3 ਦਿਨ ਲੱਗ ਜੇ ਅੱਛਾ ਜੀ ਕਿੰਨੇ ਦਿਨ ਤੇ ਹੁਣ ਕੁਝ ਤਾਂ ਕੋਈ ਪਰੇਸ਼ਾਨੀ ਤਾਂ ਨਹੀਂ ਰੋਟੀ ਪਾਣੀ ਜੋ ਸਾਰਾ ਲੰਗਰ ਪ੍ਰਸ਼ਾਦ ਮਿਲ ਰਿਹਾ ਤੁਹਾਨੂੰ ਹਾਂਜੀ ਮਿਲ ਰਿਹਾ ਜੀ ਪਬਲਿਕ ਬਹੁਤ ਕਰਦੀ ਸਰ ਜਿਹਦਾ ਹੁਣ ਬਾਹਰੋਂ ਲੋਕ ਕੋਈ ਸਮਾਜ ਸੇਵੀ ਸੰਸਥਾਵਾਂ ਆਉਂਦੀਆਂ ਕੋਈ ਚੀਜ਼ ਸਾਡੇ ਤੱਕ ਪਹੁੰਚ ਕਰ ਰਹੇ ਹੈਗੀਆਂ ਲੰਗਰ ਪ੍ਰਸ਼ਾਦਾ ਜਾਂ ਕੋਈ ਰਸਦ ਵਗੈਰਾ ਰੋਜ਼ ਪਹੁੰਚ ਰਹੀ ਹੈ ਸਾਨੂੰ ਪਹੁੰਚ ਰਹੀ ਜੀ ਕਿਸੇ ਚੀਜ਼ ਦੀ ਘਾਟ ਤੁਸੀਂ ਚਾਹੁੰਦੇ ਹੋਵੇ ਜੇ ਆਹ ਚੀਜ਼ ਸਾਨੂੰ ਲੋੜ ਨਹੀਂ ਮਿਲਦੀ ਅਗਲੇ ਪਹੁੰਚੀ ਜਾਈ ਸਾਰੀ ਪਹੁੰਚ ਰਹੀ ਆ ਪਹੁੰਚ ਰਹੀ ਸੀ ਪਸ਼ੂਆਂ ਵਾਸਤੇ ਤਾਂ ਕਹਿੰਦੇ ਚਾਰੇ ਦੀ ਕਾਫੀ ਪ੍ਰੋਬਲਮ ਆ ਚਾਰੇ ਤੂੜੀ ਖਰਾਬ ਹੋ ਗਈ ਸਾਡੀ ਤੂੜੀ ਖਰਾਬ ਹੋ ਗਈ ਹਾਂ ਬਹੁਤ ਤੇ ਹੁਣ ਪਸ਼ੂਆਂ ਵਾਸਤੇ ਚਾਰਾ ਵਗੈਰਾ ਹੁਣ ਫਿਰ ਕਿਦਾਂ ਟਾਈਮ ਕਦਾਂ ਲੰਘ ਰਿਹਾ ਹੈਗਾ ਇਦਾਂ ਮਾੜੇ ਮੋਟੇ ਪੈਨ ਭਰਾ ਦੇ ਜਾਂਦੇ ਆ ਕਿਤੇ ਚੱਲਣ ਵਾਲੇ ਹਾਂਜੀ ਡਰ ਦੇ ਜਾ ਰਹੇ ਹਾਂਜੀ ਸਰਕਾਰ ਤੋਂ ਕੀ ਮੰਗ ਕਰੋਗੇ ਕਿਉਂਕਿ ਹੁਣ ਬੀਬੀਆਂ ਨਾਲ ਆਪਾਂ ਗੱਲ ਕਰ ਰਹੇ ਸੀ ਕਹਿੰਦੇ ਵੀ ਹਰੇਕ ਸਾਲ ਜਦੋਂ ਵੀ ਬਰਸਾਤ ਦਾ ਮੌਸਮ ਆਉਂਦਾ ਆ ਕਾਫੀ ਨੁਕਸਾਨ ਹੋ ਜਾਂਦਾ ਕੀ ਕਹੋਗੇ ਇਹ ਕਦੇ ਸਾਡਾ ਬੰਨ ਕਰਨੇ ਚਾਹੀਦੇ ਪੱਕੇ ਅੱਛਾ ਜੀ ਹਾਂਜੀ ਤੇ ਇੱਕ ਕਿਹੜੇ ਬਾਲੇ ਵਾਲੀ ਛੱਤ ਹੈ ਉਹਨਾਂ ਨੂੰ ਲੈਂਟ ਉਂਟ ਪਾ ਕੇ ਦੇਣੇ ਵਧੀਆ ਗੱਲ ਮਾੜਾ ਮਾੜਾ ਉੱਪਰ ਜਾ ਜਾਂਦਾ ਪਾਣੀ ਟੁੱਟ ਰਿਹਾ ਹੋਵੇ ਵੀਰੇ ਅੱਛਾ ਜੀ ਹਾਂਜੀ ਬਾਲੇ ਵਾਲੀ ਜਿਹੜੀ ਛੱਤ ਆ ਉਹ ਜਿਹੜੀ ਲੈਂਟ ਪਾ ਕੇ ਪਾਉਣੀ ਹੈ ਠੀਕ ਹੈ ਹਾਂਜੀ ਹੋਰ ਵੀ ਹੈਗੀਆਂ ਬਹੁਤ ਜਾਣੀਆਂ ਬਾਕੀ ਇਹਨਾਂ ਕਰਨੇ ਫਿਰ ਯਾਨੀ ਕਿ ਮੇਨ ਜਿਹੜੀ ਮੇਨ ਕਿਹੜੀਆਂ ਮੇਨ ਜ਼ਰੂਰਤ ਇਹ ਆ ਵੀ ਜਿਹੜੇ ਇੱਕ ਤਾਂ ਹੈਗੀ ਵੀ ਇਲਾਕੇ ਨੀਵੇਂ ਆ ਦਰਿਆ ਦੇ ਨੇੜੇ ਹੈਗੇ ਜਦੋਂ ਪਾਣੀ ਚੜ ਜਾਂਦਾ ਆ ਛੱਤਾਂ ਬਾਲੇ ਵਾਲੀਆਂ ਆ ਤੇ ਜਦੋਂ ਉਹਦੇ ਦਾ ਕੀ ਆ ਵੀ ਜਦੋਂ ਇਹ ਹੁਣ ਜਦੋਂ ਪਾਣੀ ਚੜ ਜਾਂਦਾ ਛੱਤਾਂ ਦੇ ਉੱਪਰ ਆਪਾਂ ਸਮਾਨ ਰੋਟੀ ਪਾਣੀ ਉੱਪਰ ਉਹ ਕਦੇ ਅਸੀਂ ਬਣਾਉਂਦੇ ਹੈਗੇ ਆ ਕਿਉਂਕਿ ਬਾਲੇ ਵਾਲੀ ਛੱਤਾਂ ਕਿਉਂਕਿ ਸਰਕਾਰੀ ਸਕੀਮਾਂ ਕਾਫੀ ਆ ਪਰ ਇਹ ਜਿਹੜਾ ਪ੍ਰਭਾਵਿਤ ਏਰੀਆ ਮੈਨੂੰ ਲੱਗਦਾ ਇਹਨੂੰ ਪਹਿਲ ਦੇ ਆਧਾਰ ਦੇ ਵਿੱਚ ਕਵਰ ਕੀਤਾ ਜਾਣ ਦੀ ਲੋੜ ਹੈਗੀ ਤਾਂ ਕਿ ਲੋੜ ਬਿੱਲ ਜਿਹੜਾ ਆ ਇਹ ਬੰਨ ਨਾਲ ਉਹਦਾ ਕੋਠੇ ਦੇ ਪਾਣੀ ਚੜ ਜਾਣਾ ਸੋ ਉਹੀ ਗੱਲ ਮੈਂ ਕਹਿ ਰਿਹਾ ਵੀ ਜੇ ਇਹ ਬਾਲੀ ਛੱਤ ਵਾਲੀ ਕੋਈ ਸਕੀਮ ਇੱਦਾਂ ਦੀ ਸਰਕਾਰ ਦੀ ਜਿਹੜੀ ਹੈਗੀ ਆ ਚਾਹੇ ਕੋਈ ਕੇਂਦਰ ਦੀਆਂ ਸਕੀਮਾਂ ਚਾਹੇ ਪੰਜਾਬ ਸਰਕਾਰ ਦੀਆਂ ਸਕੀਮਾਂ ਇਹ ਜਿਹੜੀਆਂ ਨੇੜੇ ਦੇ ਪ੍ਰਭਾਵਿਤ ਇਲਾਕੇ ਹੈਗੇ ਆ ਦਰਿਆ ਦੇ ਇਹ ਜ਼ਰੂਰ ਉਹਨਾਂ ਨੂੰ ਇਹਦੇ ਖੇਤਰ ਦੇ ਵਿੱਚ ਆ ਕੇ ਕੰਮ ਕਰਨ ਦੀ ਲੋੜ ਹੈਗੀ ਆ ਤਾਂ ਮਤਾਵਾਂ ਨਾਲ ਵੀ ਗੱਲ ਕਰਾਂ ਹਾਂਜੀ ਤੁਸੀਂ ਕੀ ਕਹਿ ਰਹੇ ਸੀਗੇ ਜੀ ਅਸੀਂ ਇਹੋ ਕਹਿੰਦੇ ਹਾਂ ਵੀ ਜਿਹੜੇ ਹੁਣ ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਜਦੋਂ ਸਾਡਾ ਪਾਣੀ ਧਣੀ ਆਉਂਦਾ ਅਸੀਂ ਛੱਤਾਂ ਤੇ ਚੜ੍ਹਦੇ ਹਾਂ ਛੱਤਾਂ ਤੇ ਸਮਾਨ ਚੜਾਉਂਦੇ ਆ ਸਾਡੇ ਪੱਲੇ ਕੱਖ ਨਹੀਂ ਰਹਿੰਦਾ ਸਾਡਾ ਬੰਨ ਪੱਕਾ ਹੋਣਾ ਚਾਹੀਦਾ ਸਾਨੂੰ ਜਿਹੜੀ ਚੀਜ਼ ਦੀ ਮਿਲਦੀ ਵੀ ਆ ਜਿਹੜੀ ਨਹੀਂ ਮਿਲਦੀ ਸਾਨੂੰ ਚਲੋ ਸਾਨੂੰ ਪਹੁੰਚਣੀ ਚਾਹੀਦੀ ਆ ਬਾਕੀ ਜਿਹੜੇ ਬਾਲੇ ਵਾਲੇ ਕਮਰੇ ਆ ਸੰਗਤ ਦੇ ਉਹ ਵੀ ਲੈਂਟਰ ਪਾ ਕੇ ਦੇਣ ਜਿਹੜੀ ਪੱਕੇ ਆ ਸਾਡੀ ਟੁੱਟ ਭੱਜ ਹੋਈ ਆ ਤੇੜਾ ਆਈਆਂ ਕਮਰਿਆਂ ਨੂੰ ਸਾਡੀ ਉਹ ਵੀ ਸਾਨੂੰ ਕੁਛ ਨਾ ਕੁਛ ਸਾਨੂੰ ਦੇਣ ਉਹਨਾਂ ਦਾ ਕਿਉਂਕਿ ਪਿਛਲੇ ਵੀ ਅਰਸੇ ਆਪਾਂ ਦੇਖੇ 19 ਵਿੱਚ ਵੀ ਦੁਹਾੜ ਆ ਜਾਂਦਾ ਉਹ ਵੀ ਕਾਫੀ ਜਿਹਦਾ ਨੁਕਸਾਨ ਹੋਇਆ ਬਹੁਤ ਨੁਕਸਾਨ ਹੋਇਆ ਹੁਣ ਵੀ ਉਦੋਂ ਵੀ ਸਾਡਾ ਹੋਇਆ ਤੇ ਜਦੋਂ ਵੀ ਨੁਕਸਾਨ ਹੁੰਦਾ ਕੋਈ ਸਰਕਾਰ ਵੱਲੋਂ ਕਦੀ ਭਰਪਾਈ ਮਿਲਦੀ ਕੋਈ ਮੁਆਵਜ਼ਾ ਕੋਈ ਨਹੀਂ ਕੁਛ ਮਿਲਦਾ ਕੁਛ ਮੀਨਿੰਗ ਕੋਈ ਭੈਣ ਭਰਾ ਹੀ ਨਹੀਂ ਆਉਂਦੇ ਆ ਜਿਹੜੇ ਭੈਣ ਭਰਾ ਜਿਹੜੀਆਂ ਸੰਸਥਾਵਾਂ ਆਉਂਦੀਆਂ ਉਹੀ ਹੈਲਪ ਕਰਦੀਆਂ ਸਰਕਾਰ ਵੱਲੋਂ ਕੋਈ ਹੈਲਪ ਨਹੀਂ ਆਈ 19 ਵਾਰੀ ਹੁਣ ਤੁਸੀਂ ਜਾ ਕੇ ਦੇਖੋ ਖਰਚਾ ਬਿਲਕੁਲ ਬਹਿ ਗਈ ਸਾਡੀ ਜੀ ਕੋਈ ਗੱਲ ਨਹੀਂ ਰੋਣ ਵਾਲੀ ਪਿੰਡ 'ਚ ਗੱਲ ਕੋਈ ਨਹੀਂ ਦੇਖੋ ਸਰਕਾਰਾਂ ਤੱਕ ਕਿਉਂਕਿ ਇਹ ਜਿਹੜੀ ਚੀਜ਼ਾਂ ਇਹ ਜ਼ਮੀਨੀ ਪੱਧਰ 'ਤੇ ਅੱਜ ਅਸੀਂ ਬੈਠੇ ਜਿਹੜੀ ਜ਼ਮੀਨੀ ਹਕੀਕਤ ਹੈਗੀ ਆ ਕੋਈ ਸਿਆਸਤ ਵਾਲੀ ਗੱਲ ਨਹੀਂ ਜਾਂ ਕੋਈ ਹੋਰ ਗੱਲ ਨਹੀਂ ਇਹ ਜ਼ਮੀਨੀ ਸੱਚਾਈ ਆ ਕਿਉਂਕਿ ਤੁਸੀਂ ਦੇਖ ਰਹੇ ਆ ਭੈਣਾਂ ਦੇ ਮਤਾਮਾਂ ਦੇ ਅੱਖਾਂ ਦੇ ਵਿੱਚ ਆਂਸੂ ਕਿਉਂਕਿ ਦੁੱਖ ਜ਼ਿੰਦਗੀ ਵਿੱਚ ਮਕਾਨ ਇੱਕ ਵਾਰੀ ਬਣਦਾ ਘਰ ਇੱਕ ਵਾਰੀ ਬਣਦਾ ਪਰ ਜਦੋਂ ਹਰ ਸਾਲ 2 ਸਾਲ ਬਾਅਦ
पानी चढ़ के आता हर सवार नुकसान होंगे तो योजे हाव भाव अंदर आने जरूरी है क्योंकि जोड़े गरीब लोग आ उन्होंने सारा की कह सकते दम दाम जो है आसा उम्मीद सरकार से होंगे पर जो सरकार इन आसा उम्मीदा नहीं पूरा उतरती नहीं नुकसान पूरा होंगे तो योजे जे दुख के जोड़े अखा के अखा के सझू आने ये जरूरी कह सकते हैं भी स्वाभाविक है गया सो सरकार अपने वालों जरूर बेनती करा कि जिते आप सहायक घर चल रहे समाज सेवी संस्थावान भी जीडिया बहुत ज़्यादा जोड़े उपराले कर रहे हैं पर जी एक तो है बन की मजबूती और जोड़े इतने प्रभावित इलाके है उत्थे जिते कच्चे मकान है बाला छत वाले मकान है उन्होंने पहल के आधार पर पक्का करने वास्ते जोड़ा वो ग्रांटा जारी कर जारी करने की लड़ हैगी जिते प्रभावित खेतर का नुकसान होंगे वो भरवाई लिए भी सरकार को जरूर अगे आने की लड़ है जोड़े प्रभावित खेतर है एक मकान के अंदरली स्थिति दिखा रहे हैं जोड़ा इस वे मौजूदा हालात है कंधा तेड़ा आ चुकी हैं थावान थावान से उपर देख रहे हैं भी बाला छत वाले मकान है कि इन मकाना के उपर चढ़ के जो तो पानी चढ़ जाता तो छत्ता के उपर जो रिहायश करके तरपैला पा के उपर जो सब्ज समान भी उपर रखा जाता है तो रोटी पानी सारा आ छत्ता के उपर ही जो बनाया जाता है वो थले जी फर्श है वो गल कर ली है फर्श भी जी थां थां तो पानी पीने के पाट चुकी है फुल चुकी है सो ये हर बार जो भी पानी का उतड़ा चढ़ा हों तो की है नुकसान हर बार होता है सो परिवार जिते मंग करते हैं कि जिते बाले छत्ते वाली जो मकान है छत्त है वास्ते सरकार ग्रांटा जारी करे ता कि इन्हों पक्का जो लेंटर पा के पक्का किया जा सके कि जो हड़ जो भी आते हैं तो इन्हों जो बचाव हो सके सो हालात भी देख सकते हैं जिते खत्तियां दे विच पूरी तरह पानी भर चुका है फसल पूरी तरह डुब के नुकसानियां गई हैं खत्म हो चुकी हैं उहदे नाल नाल घर के अंदरूनी हालात है ये एक पशुओं का कह सकते जिते पशु बंदे आ खोली की हालत भी देख सकते हैं कंधा ढह चुकी हैं बिल्कुल तो इधर बिल्कुल पिछले पासे साडे जो कि तूड़ी वाला कमरा है तूड़ी भी पूरी तरह जी है वह खराब हो चुकी है तो जिते फसल नुकसानिया गई हैं घर का नुकसान होया उ पशुओं के वास्ते जो चारा है जां तूड़ी हैगी आ वह भी बुरी तरह नुकसानी गई हैगी ते इह जिहड़े इलाके आ बहुत बुरी तरह प्रभावित हैगे ते जिहड़े जिहड़ा नुकसान होया उहनूं पूरी होण नूं हजे काफ़ी दिन लगणगे तो समाज सेवी संस्थावां जिथे आपां खाण पाणी दा प्रबंध कर रहे उत्थे पशुआं दे चारे वास्ते जां इन्हां दे पूर्ण जीवन वास्ते जां इन्हां नूं मुड़ इन्हां घरां नूं स्थापित करन वास्ते भी सहायता दी लोड़ है जिथे सरकार नूं बेनती करांगे कि जिथे नुकसान हुंदा उहदे वास्ते भरपाई वास्ते ग्रांटां जारी कीतीआं जाण उहदे नाल नाल जिथे पशुआं दा कोई नुकसान होया जां पशुआं दे चारे वास्ते भी जिहड़ी आ ਉਸ ਮਾਸੇ ਵੀ ਸਤਾਮਨ ਨੂੰ ਅੱਗੇ ਆਉਣ ਦੀ ਲੋੜ ਹੈ ਆਹ ਹੀ ਸਾਡੇ ਜੰਨੀ ਦਾ ਹਾਲ ਹੈ ਉਦੋਂ ਦੀਆਂ ਤੇੜਾਂ ਵਾ ਉਦੋਂ ਤੱਕ ਵੀ ਸਰਕਾਰ ਨੇ ਕਿਹਾ ਤੁਹਾਡੀ ਹਰ ਹੈਲਪ ਕਰਾਂਗੇ ਕੋਈ ਹੈਲਪ ਨਹੀਂ ਕੀਤੀ ਦੁਬਾਰਾ ਫੇਰ ਪਾਣੀ ਆ ਗਿਆ ਵਾ ਨੀਆਂ ਵਿੱਚ ਜੀ ਸਾਡੇ ਸਾਰੇ ਪਾਣੀ ਜਾਂਦਾ ਇੱਥੇ ਜ਼ਿਆਦਾ ਡੂੰਘਾ ਪਾਣੀ ਆ ਪਿੰਡਾ ਟੋਇਆ ਉਹਦਾ ਕਰਕੇ ਅਸੀਂ ਮਿੱਟੀ ਸੁੱਟ ਦਿੱਤੀ ਵੀ ਨੀਆਂ 'ਚ ਪਾਣੀ ਨਾ ਸਾਡੇ ਜਾਵੇ ਅੰਦਰ ਦੇਖੋ ਅੰਦਰ ਵੀ ਫਰਸ਼ ਸਾਡੇ ਐਸ ਰੋਗ ਟੇਢੇ ਹੋਏ ਆ ਹੁਣ ਉਦੋਂ ਜ਼ਿਆਦਾ ਟੇਢੇ ਹੋ ਚੁੱਕੇ ਆ ਨਾ ਉਧਰ ਅਸੀਂ ਸਮਾਨ ਰੱਖਣ ਜੋਗੇ ਆ ਤੇ ਨਾ ਅਸੀਂ ਉਧਰ ਸਾਈਡ ਜਾਣ ਜੋਗੇ ਆ ਅਸੀਂ ਜੇ ਤੁਸੀਂ ਦੇਖੋ ਤਾਂ ਲੈਂਟਰ ਦੀ ਕੰਧ ਵੀ ਬਹਿ ਗਈ ਆ ਉਹਦੇ ਤੋਂ ਮੀਂਹ ਪੈਂਦਾ ਛੱਤਾਂ ਥਾਣੀ ਪਾਣੀ ਇੰਜ ਵਗਦਾ ਕੰਧਾਂ ਨਾਲ ਸਾਈਡ ਵਾਲੀ ਕੰਧ ਬਹਿ ਚੁੱਕੀ ਅਸੀਂ ਉਧਰਲੀ ਸਾਈਡ ਬੈਠਦੇ ਵੀ ਨਹੀਂ ਗਏ ਨਾ ਬਾਕੀ ਆਪਣੀ ਫੈਮਿਲੀ ਬਿਠਾਉਣੀ ਆ ਕਿ ਕੋਈ ਪਤਾ ਨਹੀਂ ਕਿਹੜੇ ਟਾਈਮ ਡੇਗ ਜਾਣੀ ਆ ਕਿ ਨੁਕਸਾਨ ਜ਼ਿਆਦਾ ਆਪਣਾ ਹੋਊਗਾ ਆ ਦੇਖੋ ਸਾਰਾ ਕੁਝ ਬੈਠਾ ਹੋਇਆ ਵਾ ਅਸੀਂ ਤਾਂ ਇਹੀ ਚਾਹੁੰਦੇ ਸੀ ਕਿ ਮਿਹਨਤ ਨਾਲ ਬਣਾਵਾਂਗੇ ਆਪਣਾ ਘਰ ਬਾਕੀ ਸਰਕਾਰ ਸਿਰਫ ਬੰਨ ਸਾਡਾ ਪੱਕਾ ਕਰ ਦੇਵੇ ਜਿਹੜਾ ਹਰ ਸਾਲ ਨੁਕਸਾਨ ਸਾਡਾ ਹੁੰਦਾ ਉਹ ਹੋਵੇ ਹਾਂ ਇਹ ਸਾਨੂੰ ਖਪਣਾ ਪੈਂਦਾ ਜਿਹੜਾ ਕੋਠਿਆਂ ਦਾ ਹਾਂਜੀ ਜਿਹੜਾ ਸਾਡਾ ਹਰ ਸਾਲ ਨੁਕਸਾਨ ਹੁੰਦਾ ਹੈ ਉਹ ਕੋਠਿਆਂ ਦੀ ਗੱਲ ਹੈ ਜਿਹੜਾ ਸਮਾਨ ਕੋਠਿਆਂ ਤੇ ਜਿਹੜਾ ਹੁੰਦੇ ਆ ਦੁਬਾਰਾ ਤਾਂ ਇਹ ਬਹੁਤ ਬਾਰਿਸ਼ ਆ ਜਾਂਦੀ ਆ ਬਸ ਬੰਨ ਕੱਟਾ ਹੋ ਜਾਏ ਤਾਂ ਹੋ ਜਾਏ ਹਰ ਸਾਲ 2 ਸਾਲ ਬਾਅਦ 3 ਸਾਲ ਬਾਅਦ ਜਿਹੜਾ ਹੜ ਆਉਂਦਾ ਉਹ ਆਵੇ ਸਤਿ ਸ਼੍ਰੀ ਅਕਾਲ ਜੀ।